ਜਾਸੋਫਤਾਂ ਤੁਹਾਡਾ ਸਭ ਤੋਂ ਖਾਸ ਦੋਸਤ ਹੀ ਤੁਹਾਡਾ ਦੁਸ਼ਮਣ ਬਣ ਸਕਦਾ ਹੈ ਜੀ ਹਾਂ ਅੱਜ ਦੇ ਸਮੇਂ ਵਿੱਚ ਇਨਸਾਨ ਦਾ ਸਭ ਤੋਂ ਖਾਸ ਦੋਸਤ ਤੁਹਾਡਾ ਮੋਬਾਈਲ ਫੋਨ ਜਿਹੜਾ ਤੁਹਾਡੇ ਨਾਲ 24 ਘੰਟੇ ਰਹਿੰਦਾ ਕੀ ਤੁਸੀਂ ਕਦੇ ਸੋਚਿਆ ਹੈ ਕਿ ਕੋਈ ਤੁਹਾਡਾ ਦੁਸ਼ਮਣ ਇਸ ਮੋਬਾਈਲ ਦੀ ਵਰਤੋਂ ਨਾਲ ਤੁਹਾਡੇ ਤੇ 24 ਘੰਟੇ ਨਿਗਰ ਰੱਖ ਰਿਹਾ ਹੈ ਜੀ ਹਾਂ ਹੈਕਰ ਤੁਹਾਡੀ ਸਹਿਮਤੀ ਤੋਂ ਬਿਨਾਂ ਕਿਸੇ ਵੀ smartphones ਰਾਹੀਂ ਜਾਸੂਸੀ ਕਰ ਸਕਦੇ ਹਨ ਹੈਕਰ ਤੁਹਾਡੀ ਤਸਵੀਰਾਂ, ਵੀਡੀਓਜ਼, ਕਾਲ ਰਿਕਾਰਡਿੰਗਸ, ਰੀਅਲ ਟਾਈਮ ਮਾਈਕ੍ਰੋਫੋਨ ਡਾਟਾ, ਜੀਪੀਐਸ ਦੀ ਲੋਕੇਸ਼ਨ ਡਾਟਾ ਤੱਕ ਪਹੁੰਚ ਹੈਕ ਤੇ ਕੰਟਰੋਲ ਕਰ ਸਕਦੇ ਹਨ। ਪਰ ਤੁਸੀਂ ਕਹੋਗੇ ਇਹ ਤਾਂ ਸਾਨੂੰ ਪਤਾ ਹੈ। ਕਵਿਤਾ ਜੀ ਤੁਸੀਂ ਕੁਝ ਨਵਾਂ ਦੱਸੋ। ਹੈਨਾ? ਤਾਂ ਦੋਸਤੋ ਅੱਜ ਮੈਂ ਤੁਹਾਨੂੰ ਦੱਸਾਂਗੀ ਇਹਨਾਂ ਹਾਲਾਤਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਤੇ ਕਿਵੇਂ ਤੁਹਾਡੇ ਮੋਬਾਈਲ ਨੂੰ ਹੈਕਰ ਤੋਂ ਬਚਾਇਆ ਜਾ ਸਕਦਾ ਹੈ। ਤਾਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਪਰ ਸ਼ੁਰੂਆਤ ਕਰਨ ਤੋਂ ਪਹਿਲਾਂ ਲਾਈਕ ਤੇ ਸਬਸਕ੍ਰਾਈਬ ਵਾਲਾ ਬਟਨ ਜ਼ਰੂਰ ਪ੍ਰੈਸ ਕਰ ਦਿਓ ਤਾਂ ਕਿ ਇਦਾਂ ਦੀਆਂ ਹੋਰ ਵੀਡੀਓਜ਼ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਦੋਸਤੋ ਦੁਨੀਆ ਭਰ ਦੇ ਲੱਖਾਂ ਯੂਜ਼ਰਸ ਹਰ ਰੋਜ਼ ਹੈਕਿੰਗ ਦਾ ਸ਼ਿਕਾਰ ਹੁੰਦੇ ਹਨ ਹੈਕਰ ਯੂਜ਼ਰਾਂ ਨੂੰ ਕਈ ਤਰੀਕਿਆਂ ਨਾਲ ਨਿਸ਼ਾਨਾ ਬਣਾ ਰਹੇ ਹਨ ਅਜਿਹੇ ਦੇ ਵਿੱਚ ਆਪਣੇ ਫੋਨ ਨੂੰ ਹੈਕਰਾਂ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ ਪਰ ਸਵਾਲ ਇਹ ਹੈ ਕਿ ਆਪਣੇ 스마트ਫੋਨ ਨੂੰ ਹੈਕਰਾਂ ਤੋਂ ਕਿਵੇਂ ਸੁਰੱਖਿਅਤ ਰੱਖਿਆ ਜਾਵੇ ਦੋਸਤੋ ਅੱਜ ਅਸੀਂ ਤੁਹਾਨੂੰ ਸੁਝਾਅ ਦੇ ਰਹੇ ਹਾਂ ਜਿਨ੍ਹਾਂ ਰਾਹੀਂ ਤੁਸੀਂ ਆਪਣੇ ਮੋਬਾਈਲ ਨੂੰ ਸੁਰੱਖਿਅਤ ਰੱਖ ਸਕਦੇ ਹੋ ਦੋਸਤੋ ਆਓ ਜਾਣਦੇ ਹਾਂ ਇਹਨਾਂ ਤਰੀਕਿਆਂ ਬਾਰੇ ਹੈਕਰ ਕਿਵੇਂ ਜਾਸੂਸੀ ਕਰ ਸਕਦੇ ਹਨ ਪਹਿਲਾਂ ਇਸ ਬਾਰੇ ਗੱਲ ਕਰਦੇ ਹਾਂ ਹੈਕਰ ਯੂਜ਼ਰਾਂ ਦੀ ਸਹਿਮਤੀ ਤੋਂ ਬਿਨਾਂ ਕਿਸੇ ਵੀ smartphones ਰਾਹੀਂ ਜਾਸੂਸੀ ਕਰ ਸਕਦੇ ਹਨ ਦੋਸਤੋ ਹੈਕਰ ਯੂਜ਼ਰਾਂ ਦੀਆਂ ਤਸਵੀਰਾਂ ਵੀਡੀਓਜ਼ ਕਾਲ ਰਿਕਾਰਡਿੰਗ रियल टाइम माइक्रोफोन डेटा जी पी एस से लोकेशन डाटा तक पहुँच प्राप्त कर सकते हैं हैकर किए नुकसान पहुँचा सकते हैं इस बारे गल करते हैं हैकर मैलिश ऐप कॉल रिकॉर्डिंग कर सकते हैं ज माइक्रोफोन की मदद न जसूसी भी कर सकते हैं इन्ना ही नहीं हैकर सर्विस अटैक के जरिए फोन को फ्रीज भी कर सकते हैं इस तरह फोन का डेटा हमेशा ले जाएगा इस तुला तो ਵਿਚ ਮਾਲਵੇਅਰ ਤੇ ਮੈਲਿਸ਼ੀਅਸ ਕੋਡ ਪਾ ਸਕਦੇ ਹਨ ਜਿਸ ਕਾਰਨ ਨਾ ਸਿਰਫ ਹੈਕਰਾਂ ਦੀ ਗਤੀਵਿਧੀ ਲੁਕੀ ਰਹੇਗੀ ਸਗੋਂ ਇਸ ਨੂੰ ਮਿਟਾਇਆ ਵੀ ਨਹੀਂ ਜਾ ਸਕੇਗਾ ਦੋਸਤੋ ਹੁਣ ਤੁਹਾਨੂੰ ਦੱਸਦੀ ਹਾਂ ਕਿ थर्ड पार्टी ਐਪਸ ਨੂੰ ਡਾਊਨਲੋਡ ਨਹੀਂ ਕਰਨਾ ਚਾਹੀਦਾ ਦੋਸਤੋ ਜੇ ਤੁਸੀਂ ਮੋਬਾਈਲ ਨੂੰ ਹੈਕਰਾਂ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਗਲਤੀ ਨਾਲ ਥਰਡ ਪਾਰਟੀ ਐਪਸ ਨੂੰ ਡਾਊਨਲੋਡ ਨਾ ਕਰਿਓ ਅਜਿਹਾ ਕਰਨ ਨਾਲ ਤੁਹਾਡਾ ਫੋਨ ਅਤੇ ਨਿੱਜੀ ਡਾਟਾ ਸੁਰੱਖਿਅਤ ਰਹੇਗਾ ਇਹਨਾਂ ਥਰਡ ਪਾਰਟੀ ਐਪਸ ਵਿੱਚ ਅਜਿਹੀ ਲਿੰਕ ਅਤੇ ਮਾਲਵੇਅਰ ਹੁੰਦੇ ਹਨ ਜੋ ਯੂਜ਼ਰਾਂ ਦੀ ਨਿੱਜੀ ਜਾਣਕਾਰੀ ਚੋਰੀ ਕਰਨ ਦੇ ਨਾਲ-ਨਾਲ ਫੋਨ ਨੂੰ ਨੁਕਸਾਨ ਵੀ ਪਹੁੰਚਾਉਂਦੇ ਹਨ ਦੋਸਤੋ ਤੇ ਸਭ ਤੋਂ ਇੰਪੋਰਟੈਂਟ ਗੱਲ ਮੁਫਤ ਜਨਤਕ ਵਾਈਫਾਈ ਦੀ ਵਰਤੋਂ ਕਰਨ ਤੋਂ ਬਚੋ ਜੀ ਹਾਂ ਜੇ ਤੁਸੀਂ ਕਿਸੇ ਜਨਤਕ ਸਥਾਨ ਤੇ ਗਏ ਹੋ ਤਾਂ ਮੁਫਤ ਵਾਈਫਾਈ ਜਾਂ ਜਨਤਕ ਵਾਈਫਾਈ ਦੀ ਵਰਤੋਂ ਨਾ ਕਰਿਓ ਜ਼ਿਆਦਾਤਰ ਸੁਰੱਖਿਆ ਉਲੰਘਣਾ ਦੀਆਂ ਘਟਨਾਵਾਂ ਜਨਤਕ ਵਾਈਫਾਈ ਦੁਆਰਾ ਕੀਤੀਆਂ ਜਾਂਦੀਆਂ ਹਨ ਹੈਕਰ ਜਨਤਕ ਵਾਈਫਾਈ ਦੁਆਰਾ ਤੁਹਾਡੇ smartphones ਨੂੰ ਆਸਾਨੀ ਨਾਲ ਐਕਸੈਸ ਕਰ ਸਕਦੇ ਹਨ ਇਸ ਲਈ ਕਦੇ ਵੀ ਵਾਈਫਾਈ ਨੋਲਬ ਆਨਲਾਈਨ ਟ੍ਰਾਂਜੈਕਸ਼ਨ ਜਿਹੀ ਸੇਵਾਵਾਂ ਦੀ ਵਰਤੋਂ ਨਾ ਕਰੋ ਦੋਸਤੋ ਯੂਜ਼ਰਾਂ ਨੂੰ ਕਿਸੇ ਵੀ ਮੋਬਾਈਲ ਐਪ ਨੂੰ ਡਾਊਨਲੋਡ ਕਰਨ ਤੋਂ ਪਹਿਲਾਂ ਉਸ ਦਾ ਪਰਮਿਸ਼ਨ ਪੇਜ ਪੜ੍ਹ ਲੈਣਾ ਚਾਹੀਦਾ ਹੈ ਜੇ ਕੋਈ ਐਪ ਕੰਟੈਂਟ ਅਤੇ ਲੋਕੇਸ਼ਨ ਵਰਗੀਆਂ ਹੋਰ ਇਜਾਜ਼ਤਾਂ ਦੀ ਮੰਗ ਕਰਦਾ ਹੈ ਤਾਂ ਇਸ ਨੂੰ ਇੰਸਟਾਲ ਨਾ ਕਰੋ ਇਸ ਨਾਲ ਤੁਹਾਡਾ ਨਿੱਜੀ ਡਾਟਾ ਲੀਕ ਹੋਣ ਤੋਂ ਬਚ ਸਕਦਾ ਹੈ ਤਾਂ ਇਹਨਾਂ ਕੁਝ ਖਾਸ ਟਿਪਸ ਤੇ ਧਿਆਨ ਦੇ ਕੇ ਤੁਸੀਂ ਵੀ ਹੈਕਰਾਂ ਤੋਂ ਆਪਣੀ ਕੀਮਤੀ ਤੇ ਨਿੱਜੀ ਡਾਟਾ ਸੁਰੱਖਿਅਤ ਰੱਖ ਸਕਦੇ ਹੋ ਤਾ ਦੋਸਤੋ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਇਹ ਵੀਡੀਓ ਆਮ ਸ਼ੋਰ ਇਹ ਜਾਣਕਾਰੀ ਤੁਹਾਨੂੰ ਤੁਹਾਡੇ ਮੋਬਾਈਲ ਨੂੰ ਹੋਰ ਜ਼ਿਆਦਾ ਸੁਰੱਖਿਤ ਬਣਾਉਣ ਦੇ ਕੰਮ ਆਵੇਗੀ ਤੇ ਤੁਸੀਂ ਹੈਕਰਾਂ ਤੋਂ ਬਚ ਵੀ ਸਕੋਗੇ ਅੱਜ ਦੇ ਲਈ ਬਸ ਇਨਾ ਹੀ ਜਲਦੀ ਹਾਜ਼ਰ ਹੋਵਾਂਗੀ ਕੋ ਹੋਰ ਖਾਸ ਵੀਡੀਓ ਦੇ ਨਾਲ ਤਦ ਤੱਕ ਲਈ ਮੈਨੂੰ ਯਾਨੀ ਆਪਣੀ ਹੋਸਟ ਤੇ ਦੋਸਤ ਕਵਿਤਾ ਨੂੰ ਦੋ ਇਜਾਜ਼ਤ ਸਸ਼ਕਾਲ ਰੱਬ ਰਾਖਾ